हाँ जी सत श्रीकाल जी सारे नूं ते बहुत बहुत स्वागत आ साडी वीडियो ते। काफी दिनों बाद आपां चले फिर घूमन ते आ वीडियो भी काफी चिर बाद ही आउंदी, महीना डेढ़ महीना हो गया। तां मेन रीजन यही आ कि हुण कैजुअल काफी बिजी होया ओहदा करके ते अज आपां चले इक जगह घूमन ते तुहानूं विखाउणे उधर। ते गड्डी अज अपने तो हैगी आ डिफरेंट आ अगे नालों जिहड़ी पहला अपने तो हुंदी आ ते पर हैगी ऑटोमैटिक आ। इतना वैसे तो आपां नूं मैनुअल ज्यादा पसंद है जिहड़ी चलाउणी, पर गुजारे लई हुण आपां नूं इही खड़नी पैणी आ। ते चलो देखदे आ, मैनूं मैं बड़ी उदां दी चलाई पर लंबे टूर ते नहीं लै गया। ओह वाली आ, ओह वाली मगर चिट्टी खलोती, ओह वाली आ वाजी गड्डी ऑटोमैटिक आ। आ देखो जिस तरह इहदे आ गेयर दूजे ही आ। मैं हुणे निकल लगा सीगा पहलां ही ते बाद च चेता आया कि मैं हले लाइसेंस तां चक्किआ नहीं, हुण इहदा चलाण भी बड़ा तगड़ा उहदा करके कोई चक्कर नहीं, हुण मैं लैन चलना वापस। आज जिदा तुम देख रहे हो किड्डा घैंट व्यू, अदर देखो वो इन्नी ठंडी का हवा वगंदी है ना घैंट घैंट दी। रोड थोड़ा ज्यादा ही घुमावट जहा हुआ, थोड़ा नैरो पर बाहरी शांति है। बार गड्डी करती है पार्क ते घूमते घुमाते आप घैंट जी जगह ते आ गए। वेखण नूं तां बहुत घैंट आ ते वेखदे तुहानूं वी घैंट लगदी है कि नहीं। मैं मैनूं घुमाना एक दो दिन। हां जी अदर देखो ਇੱਥੇ ਇਸ ਤਰ੍ਹਾਂ ਆਈਲੈਂਡ ਪੂਰਾ ਸਾਹਮਣੇ ਪਲੇਨ ਪਲੇਨ ਜਿਹਾ ਦਿਖਦਾ ਹੋਇਆ। ਇੱਧਰ ਵੀ ਕਾਫੀ ਖਾਲੀ ਨੇ, ਇੱਧਰ ਜਗ੍ਹਾ ਮੈਂ ਲਾਦਾ ਉੱਥੇ ਫਾਰਮਿੰਗ ਵਗੈਰਾ ਕਰਦੇ ਆ। ਹਾਂਜੀ ਬੋਲ ਹੈ ਆ ਤਾਂ ਮੈਂ ਬਾਹਲੀ ਫੀਲਿੰਗ ਜਿਹੀ ਲੈਣ ਲੱਗ ਪਿਆ। ਗੋਰਿਆਂ ਵਾਲੀ ਨਹੀਂ ਕਰਦੇ ਹੁੰਦੇ ਟੋਪੀ ਦੇ ਉੱਤੇ, ਜਦੋਂ ਧੋਪੇ ਚੱਲ ਜਾਂਦੀ ਤਾਂ ਐਂ ਰੱਖ ਲੈਂਦੇ, ਚਲੋ ਆਪਾਂ ਲਾ ਲੈਂਦੇ ਕੋਈ ਚੱਕਰ ਨਹੀਂ। ਤੇ ਆਵੇ ਮੀਰਾਦੂਰ, ਆ ਮੀਰਾਦੂਰ ਦਾ ਨਾਮ ਮੀਰਾਦੂਰ ਦੇ ਖਾਰਦੀਨ ਯਾਨੀ ਜੇ ਨੂੰ ਇੱਥੇ ਖੱਖੇ ਦੀ ਵਾਜ ਨਾਲ ਪ੍ਰੋਨਾਊਂਸ ਕਰਦੇ ਆ। ਤੇ ਇਹ ਸ਼ਾਂਤਾ ਗੁਰੂ ਦੇ ਸ਼ਹਿਰ ਤੋਂ ਥੋੜ੍ਹਾ ਦੂਰ ਪੈ ਜਾਂਦਾ, ਉਹ ਆਉਂਦਾ ਵੀ ਉੱਧਰ ਨੂੰ ਹੀ ਆ। ਜੇ ਕੋਈ ਇੱਧਰ ਕੋਈ ਤੰਗਰੀਫ ਵੱਲ ਨੂੰ ਘੁੰਮਾਉਣਾ ਹੋਇਆ ਯਾਰ ਮੇਰਾ ਵੀਰ ਇੱਧਰ ਦਾ ਵੀ ਕੋਈ ਦੇਖਦਾ ਤੇ ਉਹਦੀ ਵੇਖਣ ਨੂੰ ਬਹੁਤ ਘੈਂਟ ਜਗ੍ਹਾ ਹੈ। ਤੇ ਉੱਧਰ ਦੂਜੇ ਪਾਸੇ ਆਵੇ ਮਗਰ ਉੱਪਰ, ਉਹ ਦੂਜਾ ਆਈਲੈਂਡ ਆ ਇੱਥੋਂ, ਉਹ ਇੱਥੋਂ ਹੈਗਾ 200-300 ਕਿਲੋਮੀਟਰ ਜੇ ਪਤਾ ਲੱਗਦੇ ਆ। 5-6 ਘੰਟੇ ਲੱਗ ਜਾਂਦੇ ਆ ਜਾਂ ਹਰ 3-4 ਘੰਟੇ ਮੈਨੂੰ ਲੱਗਦਾ। ਇੱਧਰ ਪਹਾੜੀਆਂ ਦਾ ਵਿਊ, ਪਹਾੜੀਆਂ ਦਾ ਸਮੁੰਦਰ ਦਾ ਘੈਂਟ ਦਾ ਵਿਊ ਜਿਹਾ ਲੱਗਦਾ। ਉਹ ਹਵਾ ਫੀਲਿੰਗ ਆ ਰਹੀ ਹੈ ਪੂਰੀ, ਇੱਥੇ ਆਉਣ ਦਾ ਮੁੱਲ ਮੁੜਦਾ ਜੇ ਤੁਸੀਂ ਆਓਗੇ। ਤੇ ਇੱਥੇ ਇੱਕ ਹੋਰ ਚੀਜ਼ ਵੇਖਣ ਨੂੰ ਮਿਲਦੀ, ਇਸ ਤਰ੍ਹਾਂ ਆਪਣੇ ਨਹੀਂ ਹੁੰਦਾ ਕਿ ਕਿਸੇ ਵੀ ਜਗ੍ਹਾ ਮੇਲਾ ਲੱਗਦਾ ਤੇ ਜਿਹਨਾਂ ਨੇ ਦੁਕਾਨ ਲਾਉਣੀ ਹੁੰਦੀ ਹੈ ਦੁਕਾਨ ਚੱਕ ਕੇ ਚੱਲ ਜਾਂਦੇ ਉੱਧਰ ਨੂੰ। ਉੱਦਾਂ ਹੀ ਇੱਥੇ ਕਾਫੀ ਲੋਕੀ ਆਉਂਦੇ ਆ ਨਾ, ਤੇ ਇਹਨਾਂ ਨੇ ਆਪਣੀਆਂ ਗੱਡੀਆਂ ਦੇ ਵਿੱਚ ਨਿੱਕੀ ਦੁਕਾਨ ਲਾਈ ਹੈ, ਜਿਸ ਤਰ੍ਹਾਂ ਹੁਣ ਮੇਰੇ ਵਰਗਾ ਆਵੇ ਜੇ ਘਰੋਂ ਕੋਈ ਖਾਣ ਪੀਣ ਨੂੰ ਨਹੀਂ ਸਮਾਨ ਲਿਆਂਦਾ ਉਹ ਸਾਰਾ ਆਵੇ ਇਹਨਾਂ ਤੋਂ ਮਿਲਣਾ। ਬਾਕੀ ਚਲੋ ਆਪਣੀ ਆਪਣੀ ਮਿਹਨਤ, ਸਾਰੇ ਮਿਹਨਤ ਕਰ ਰਹੇ। ਤੇ ਬੈਕ ਟੂ ਦਾ ਵਿਊ, ਤੇ ਇੱਥੇ ਹੈਗਾ ਵਾ ਇਹਦਾ ਇਤਿਹਾਸ ਆਵੇ ਜਿਸ ਤਰ੍ਹਾਂ ਉਹਨਾਂ ਲਿਖਿਆ ਕਰਦੀਨਾ ਵਿਊ ਪੁਆਇੰਟ ਇਸ ਬਾਲਕਨੀ ਓਵਰ ਦੀ ਲੇਕ ਮੇਰੋਸ। ਆ ਜਿਹੜਾ ਮੈਂ ਇਹਦਾ ਇਤਿਹਾਸ ਜਿਹਾ ਪੜਿਆ ਉਹਦੇ ਮੁਤਾਬਕ ਆ ਜਿਹੜੀ ਜਗ੍ਹਾ ਸੀ ਨਾ ਪਹਿਲਾਂ ਬਹੁਤ ਪਹਿਲਾਂ ਇੱਕ ਲੇਕ ਜਿਹਾ ਸੀਗਾ, ਮੁੜ ਕੇ ਜਿਸ ਤਰ੍ਹਾਂ ਫਲੱਡਡ ਰਹਿੰਦਾ ਸੀ ਜਦੋਂ ਕੋਈ ਆਉਂਦਾ ਪਾਣੀ ਪੂਣੀ ਬਾੜ ਬੂੜ ਆਉਂਦੀ ਸੀ, ਆ ਸਾਰਾ ਇੰਨਾ ਏਰੀਆ ਜਿਹੜਾ ਸਾਹਮਣੇ ਵਾਲਾ ਨਾ ਇਹ ਭਰ ਜਾਂਦਾ ਹੁੰਦਾ ਸੀਗਾ। ਤੇ ਪਰ ਮੁੜ ਕੇ ਹੌਲੀ ਹੌਲੀ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਤੇ ਜਿਹੜੀ ਇਹਦੀ ਬੰਜਰ ਸੀਗੀ ਤੇ ਉਹ ਹੌਲੀ ਹੌਲੀ ਮੋਇਸਚਰ ਹੁੰਦੀ ਗਈ ਤੇ ਉਹ ਤਾਂ ਘਾਹ ਘੂਹ ਉੱਗਣ ਲੱਗ ਪਿਆ। ਤੇ ਮੁੜ ਕੇ ਲੋਕੀ ਇਸ ਤਰ੍ਹਾਂ ਜਿਹੜੇ ਲੋਕਾਂ ਨੇ ਤਾਂ ਘਰ ਪਾਉਣੇ ਸ਼ੁਰੂ ਕਰਤੇ ਜਾਂ ਇਹਨੂੰ ਵਰਤਣਾ ਸ਼ੁਰੂ ਕਰਤਾ, ਫਾਰਮਿੰਗ ਕਰਨੀ ਸ਼ੁਰੂ ਕਰਤੀ ਤੇ ਉਹ ਤਰੀਕੇ ਨਾਲ ਬਣਿਆ। ਤੇ ਜੇ ਮੈਂ ਟਾਈਮ ਲਾਈਨ ਜੀ ਵੀ ਬਣਾਵਾਂ ਨਾ ਜਿਹੜੀ ਬੱਦਲਾਂ ਦੀ ਆਵੇ, ਇੱਥੋਂ ਬੱਦਲ ਤੁਰੀ ਹੋ ਜਾਂਦੇ ਆ, ਇਹ ਵੀ ਬਣਾਵਾਂ ਤਾਂ ਬਹੁਤ ਘੈਂਟ ਬਣਨੀ ਆ। ਹੁਣ ਵੀ ਤੁਹਾਨੂੰ ਤੁਰਦੇ ਨਜ਼ਰ ਆਉਣਗੇ ਪਤਾ ਨਹੀਂ ਕਿ ਨਹੀਂ, ਜੇ ਮੈਂ ਬਣਾਵਾਂ ਤਾਂ ਬਹੁਤ ਘੈਂਟ ਲੱਗਣੀ ਆ। ਤੇ ਇਹਦਾ ਬਸ ਇੱਥੋਂ ਇੰਨਾ ਕੁ ਇਤਿਹਾਸ ਆ ਤੇ ਲੋਕੀ ਕਾਫੀ ਆਉਂਦੇ ਦੇਖਣ ਆਵੇ, ਇੱਕ ਗੱਡੀ ਆ ਜਾਂਦੀ ਇੱਕ ਚੱਲ ਜਾਂਦੀ ਆ, ਆ ਜਾਂਦੀ ਚੱਲ ਜਾਂਦੀ। ਤੇ ਇੱਥੋਂ ਦਾ ਬਸ ਇੰਨਾ ਕੁ ਵਿਊ, ਹੁਣ ਆਪਾਂ ਚੱਲੇ ਹਾਂ ਉੱਧਰ ਉੱਪਰ ਵੱਲ ਨੂੰ, ਉਹ ਜਿਹੜਾ ਮਗਰ ਤੁਹਾਨੂੰ ਰੋਡ ਦਿਖਦਾ ਹੋਵੇ ਉੱਪਰ ਨੂੰ ਜਾਣਾ। ਉਹ ਤੋਂ ਬਾਅਦ ਦੇਖਦੇ ਹਾਂ ਕਿ ਮੈਂ ਤਾਂ ਅਸੀਂ ਘਰੋਂ ਤੁਰੇ ਸੀਗੇ ਆ ਰੂਲਰ ਪਾਰਕ ਇੱਕ ਜਿਹੜੀ ਅਸੀਂ ਆ ਨਾਗਾ ਦੇ ਨਾਮ 'ਤੇ ਆ, ਨਾਮ ਜਗ੍ਹਾ ਦਾ ਨਾਮ ਆ ਨਾਗਾ ਆ ਜਿੰਨੀ ਵੀ ਆ, ਅਤੇ ਅਸੀਂ ਉੱਧਰ ਨੂੰ ਨਿਕਲੇ ਸੀ ਅਤੇ ਰਾਹ 'ਚ ਆਉਂਦੇ ਰਹਿੰਦੇ ਇੱਥੇ ਕਾਫੀ ਜਨਤਾ ਇਕੱਠੀ ਹੋਈ। ਤਾਂ ਚਲੋ ਇੱਥੇ ਖੜ੍ਹਦੇ ਹਾਂ ਅਤੇ ਦੇਖਦੇ ਹਾਂ ਕੀ ਡਿਵੈਲਪਮੈਂਟ ਆ, ਪਰ ਕੰਮ ਵਧੀਆ ਸਿਰਾ ਆ ਇੱਥੇ ਅਤੇ ਜਿੰਨੇ ਆਉਣਾ ਉਹ ਆ ਸਕਦਾ, ਬਹੁਤ ਘੈਂਟ ਜਗ੍ਹਾ ਇੱਕ ਰਹੀ ਦੂਰੋਂ ਖਾਣ ਦੇ। ਖਾਣੇ ਅਸੀਂ ਇੱਕ ਹੋਰ ਜਗ੍ਹਾ ਪਹੁੰਚੇ ਸੀਗੇ, ਅਸੀਂ ਕੁਝ ਐਕਸਪੈਕਟ ਤਾਂ ਕੁਝ ਹੋਰ ਕੀਤਾ ਸੀਗਾ ਪਰ ਵੇਖਣ ਨੂੰ ਫੇਰ ਵੀ ਮਾੜਾ ਨਹੀਂ, ਘੈਂਟ ਆ ਜਗ੍ਹਾ। ਆ ਦੇਖੋ ਰੋਜ਼ ਮੈਨੂੰ ਟੋਪੀ ਸੈੱਟ ਕਰ ਲੈਂਦੋ ਇੱਥੇ ਰੱਖ, ਆਹ ਕਿੱਦਾਂ ਕਿਹੜੇ ਪਾਸੇ ਸਹੀ ਲੱਗਦੀ, ਆਹ ਵੀ ਸਹੀ ਲੱਗਦੀ ਕਿ ਨਹੀਂ, ਮੈਨੂੰ ਲੱਗਦਾ ਸਹੀ ਇੱਦਾਂ ਹੀ। ਅਤੇ ਆਵੇ ਮਗਰ ਵਿਊ ਤਾਂ ਘੈਂਟ ਆ ਉੱਦਾਂ, ਪਹਾੜੀਆਂ ਪੁੜੀਆਂ ਘੈਂਟ ਦਿਖਦੀਆਂ। ਹਾਂਜੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਾ, ਮੇਰੇ ਲਈ ਤਾਂ ਘੈਂਟ ਹੈ ਦੂਰ, ਇੱਥੋਂ ਆਪਣੀ ਅੱਖੀਂ ਦੇਖੀਏ ਨਾ ਚੀਜ਼ ਬਹੁਤ ਘੈਂਟ ਲੱਗਦੀ ਹੈ ਅਤੇ ਮੈਨੂੰ ਘੈਂਟ ਲੱਗ ਰਹੀ ਹੈ। ਬਾਕੀ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿਉਂਕਿ ਹੋਰ ਜਗ੍ਹਾ 'ਤੇ ਲੱਭਦੀ ਹੈ, ਕਿਉਂਕਿ ਇੱਧਰ ਕਿਹੜਾ ਰੋਜ਼ ਰੋਜ਼ ਆਉਣਾ ਹੁੰਦਾ। ਇਹ ਆਪਣੇ ਘਰ ਨਾਲੋਂ ਹੈਗਾ ਤਕਰੀਬਨ 50-60 ਕਿਲੋਮੀਟਰ ਹੀ ਹੋ ਜਾਂਦਾ, ਪਰ ਕੋਈ ਪਾਰਕ ਜੀ ਕਹਿੰਦੇ ਸੀ ਮੇਰਾ ਰਾਦਾ ਇੱਥੇ ਪਾਰਕ ਪੂਰਕ ਜੀ 'ਚ ਘੁੰਮਦੇ ਪਰ ਉਹ ਹੈ ਨਹੀਂ। ਅਤੇ ਚਲੋ ਕੋਈ ਚੱਕਰ ਨਹੀਂ, ਮੈਨੂੰ ਲੱਗਦਾ ਅੱਗੇ ਉੱਪਰ ਜਾ ਕੇ ਨਾ ਕੁਝ ਹੋਰ ਵੀ ਹੈਗੇ ਵਿਊ ਪੁਆਇੰਟ ਅਤੇ ਉਹ ਦੇਖਦੇ। ਸੋਰੀ
ਆ ਜਿਹੜੀ ਪਾਰਕ ਅਸੀਂ ਲੱਭਦੇ ਸੀ ਨਾ ਉਹ ਹੈਗੀ ਆ ਆਵੇ ਪਹਿਲਾਂ ਮੈਨੂੰ ਲੱਗਦਾ ਸੀ ਅਸੀਂ ਮਗਰ ਰੁਕ ਗਏ ਇਹ ਸਾਹਮਣੇ ਆਣ ਕੇ ਬੋਰਡ ਦਿਖਿਆ ਹੁਣ ਆ ਹੈਗੀ ਆ ਪਾਰਕ ਰੂਰਲ ਅਨਾਗਾ ਹੁਣ ਬਾਕੀ ਜਾ ਕੇ ਦੇਖਦੇ ਹਾਂ ਕੀ ਆ ਪਰ ਇੱਥੋਂ ਵਿਊ ਘੈਂਟ ਆ ਇੱਧਰ ਉੱਪਰ ਨੂੰ ਆ ਉਹ ਚੜ੍ਹਾਈ ਉੱਪਰ ਨੂੰ ਬੰਦਾ ਚੜ੍ਹਾਈ ਕਰ ਕਰ ਹੀ ਥੱਕ ਜਾਂਦਾ ਵਿਊ ਮੁੰਡਾ ਮਾੜਾ ਇੱਥੋਂ ਵੀ ਨਹੀਂ ਆ देख ही सकते पिछे बदल ही बदल एक तरह हूं आप बदलों के घूमन दे पर जेड़ा सी व्यू वेखना चाहते ही वह तो इतने है नहीं है ठंड बड़ी क्योंकि ऑफकोर्स बदलों तो उपर आए ठंड तो लगनी हुई है इतने लिखा हुआ मीरादोर पीको दे लिंगले देखते हैं की जगाड़मेंट अगे जाके पहला मैं ठंड लगन दी मैं जो भी जावा ना हर बारी मैं कुछ ना कुछ पैक कर ही लैंना क्योंकि जे मैं जिदन घूमन निकला मेरे को अपने शॉर्ट्स होंगे कि मैं बीच से भी जा सकता मेरे को हुडी होंगी है कि जे मैं कितने बदल वाले एरिए से जावा कि ठंड वगैरह ना लगे तो करके सारा कुछ पैक करके लियादा अपने बैकपैक के तो चलो पहले हुडी का पाइए हाँ जी हुडी हड्डी पा के हो गए आप रेडी शेडी तो हूँ अगे नो ठंड लगनी हो गई है घट क्योंकि फिर तुम पता है जगाड़मेंट ला छी का हर कोई चीज़ लिया जरूरी होंगी जे घूमन घूमन निकलो स्पैशली जो तुम तनरीफ से रेंदे हो तो सब कुछ बहुत जरूरी है अपने को चलो हूँ आप इधर देखते हैं केड़ा मीरा दौर मैंने तो नहीं लगता कोई मैं दिखूगा क्योंकि जिन्ने बदल है बस इतने बदल आ घूमते दिखते हैगी गलबात हैगी दूरों दूरों देख रही गलबात हैगी रेडी रहो बस व्यू ली बस लस्सी ना हो करके मैं पहले दस देना बड़ा घैंट भी नहीं बड़ा माड़ा भी नहीं तो बाकी तुरन फिरदा ही आ जगह के बहुत मजा इधर देखो माड़ा तो नहीं हरियाली थी निकल के घैंट जगह जाइना फिर व्यू देखने रेडी आ देखो है व्यू जानी कि जो बदल हटते हैं ना तो सामने किनिया सारिया पहाड़ी उचिया उचिया तो उन्होंने व्यू दिखता पर गल है कि हूँ बदल बड़े ज्यादा पर इतों जे अपना इतों कैमरे तो बगैर देखिए ना कैमरे तो बगैर वधिया दिख रहा पर जे कैमरे देखिए कैमरे दे सही नहीं आ रही पता नहीं हम दिखता कि नहीं पर उदा इतने जे कोई अपनी कोई टी पार्टी वगैरह करनी है ना इन्नी वैसे इन खेचल करने की लड़ नहीं क्योंकि टी पार्टी लिए जगह बहुत दूर आ साढ़े अर्गे ने जिन्होंने काम करना सारा स्केड्यूल बिजी होने के मुताबिक तुम इतने आन गए वह करते नहीं सकते पर हाँ जो बंदा बाला ही वेला तो वह अपने यार मिलियन के नाल टी पार्टी वगैरह करना चाहता तो जगह बहुत वधिया इतने पर अपना कोटी काटी नाल ही लैके आओ फिर ही फायदा नहीं तो इतने तो सुंगड़ जाना बंदे ने उदा ही आह हूँ थले माड़ा जहा दिखता सगू आवे काफ़ी उच्ची है हाँ उदा दे जिते जी एरिए आप आए उतें इन्नी गर्मी आ गए हूँ तो हुडिया कोई देखता भी नहीं पर इतने सारे तकरीबन नाल ही लैके आए वधिया जगह इन व्यूवान कि जगह भी एक बेहतरीन जगह वा घूम फिर तो आ एक खोना तुम आवे परले पास कुड़ी तुरी आँदी है वह इदा तो टूरिस्ट घूमना आया पर गोटी गाटी नहीं पा गया है बाकी जगह इधर भी हैगी तरह लोग ना इतना काफी ट्रैकिंग कर आते जेडे काफी बुजुर्ग तो नहीं होते जो पंजा टप आते जो रिटायर वगैरह हो इतों तो लोगों को ट्रैकिंग का बहुत शौक है तो ये काफ़ी जगह बनी है थल्यों की जाके ना लोग बहुत ट्रैकिंग करते हैं आन का भी आप एक होर जगह से रुके पहला तो विखाने उधर मगर नहीं आए इतने कैमरे च नहीं गलबात बनती पर हूँ मैं इधर विखा इधर वधिया शायद इधर आ देखो किड्डी घैंट जी गुफाई है राह बने ਆ ਪੂਰੀ ਫੀਲ ਤੋਂ ਆਉਂਦਾ ਹੈ ਕਿ ਹਾਂ ਕਿਸੇ ਅਲੱਗ ਜਿਹੀ ਜਗ੍ਹਾ 'ਤੇ ਆਏ ਹਾਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਜੀ ਜਦੋਂ ਜ਼ਿਆਦਾ ਚਿਰ ਬਾਹਰ ਰਹਿਣ ਲੱਗ ਪਓ ਨਾ ਬਾਹਰਲੀ ਫੋਰਨ ਕੰਟਰੀ ਦੇ ਵਿੱਚ ਅਤੇ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਸੇਮ ਜੀਆਂ ਲੱਗਣ ਲੱਗ ਪੈਂਦੀਆਂ ਫਿਰ ਮਨ ਨੂੰ ਨਹੀਂ ਪਰਚਾਉਂਦੀਆਂ ਵਾਲਾ ਅਤੇ ਪਰ ਆਹ ਇਹੋ ਜਿਹੀ ਜਗ੍ਹਾ ਜਿਹੜੀ ਵੇਖਣ 'ਤੇ ਬਹੁਤ ਡਿਫਰੈਂਟ ਲੱਗਦੀ ਹੁਣ ਆ ਕਈ ਜਗ੍ਹਾ ਕਈ ਜਾਣਿਆਂ ਨਾਲ ਇੱਧਰ ਵਿਖਾਵਾਂ ਨਾ ਆਵੇ ਕਈ ਜਗ੍ਹਾ ਨੇ ਆਪਣੇ ਆਪਣੇ ਨਾਂ ਨੂੰ ਜੇ ਛੇਕ ਛੂਕ ਜੇ ਬਣਾਏ ਹੋਏ ਆ ਪਰ ਬਾਹਲੇ ਗੌਰ ਕਰੇ ਪਤਾ ਲੱਗਦਾ ਕੀ ਲਿਖਿਆ ਉੱਦਾਂ ਨਹੀਂ ਪਤਾ ਲੱਗਦਾ ਚਲੋ ਜੀ ਤੁਹਾਨੂੰ ਪਤਾ ਜਨਤਾ ਜਿੱਥੇ ਵੀ ਜਾਂਦੀ ਆ ਭਾਵੇਂ ਕੋਈ ਦਰਖਤ ਹੋਵੇ ਆ ਇਤਿਹਾਸਿਕ ਜਗ੍ਹਾ 'ਤੇ ਮੈਂ ਤਰ੍ਹਾਂ ਤਾਜ ਮਹਿਲ ਹੀ ਚਲ ਜਾਊਂ ਤਾਂ ਮੈਂ ਨਹੀਂ ਗਿਆ ਜਿਸ ਤਰ੍ਹਾਂ ਵੀਡੀਓ 'ਚ ਕਾਫੀ ਦੇਖਿਆ ਉੱਥੇ ਆ ਕੇ ਲੋਕ ਨਾਂ ਵਗੈਰਾ ਨਹੀਂ ਲਿਖਦੇ ਅਤੇ ਇਹ ਤੁਹਾਡੀ ਰਾਏ ਬਾਰੇ ਦੱਸਿਓ ਲਿਖਣੇ ਚਾਹੀਦੇ ਕਿ ਨਹੀਂ ਕਿਉਂਕਿ ਦੁਨੀਆਂ ਦੇ ਅਜੂਬਿਆਂ ਦੇ ਵਿੱਚ ਇੱਕ ਆ ਅਤੇ ਬਹੁਤ ਕੀਮਤੀ ਚੀਜ਼ ਆ ਉਹ ਵੀ ਅਤੇ ਲੋਕ ਇਹਨੂੰ ਡਿਸਟਰਾਏ ਕਰਦੇ ਆ ਅਤੇ ਇਸ ਚੀਜ਼ ਬਾਰੇ ਆਪਣੇ ਰਾਏ ਜ਼ਰੂਰ ਦਿਓ ਅਤੇ ਬਾਕੀ ਹੁਣ ਆਪਾਂ ਇੱਥੇ ਦੇਖਦੇ ਹਾਂ ਹੁਣ ਫੋਟੋ ਸ਼ੂਟ ਜਿਹਾ ਕਰਾਂਗੇ ਮਾੜੀ ਮੋਟੀ ਫੋਟੋ ਆਊਗੀ ਪਰ ਅੱਜ ਦੇ ਹਿਸਾਬ ਨਾਲ ਕਿੰਨੀਆਂ ਜਗ੍ਹਾਵਾਂ 'ਤੇ ਆਪਾਂ ਇਕੱਠੇ ਚੱਲ ਗਏ ਨਾ ਅਤੇ ਕਾਫੀ ਫੋਟੋ ਇੱਕ ਇੱਕ ਆਪਣੇ 'ਚ ਹੋ ਜਾਂਦੀਆਂ ਅਤੇ ਕਈ ਦੋਸਤ ਮੇਰੇ ਫੋਟੋਆਂ ਕਮੈਂਟ ਕਰਦੇ ਹੁੰਦੇ ਇਸ ਤਰ੍ਹਾਂ ਇੰਸਟਾਗ੍ਰਾਮ 'ਤੇ ਵੀ ਕਿ ਤੂੰ ਸੇਮ ਸ਼ਰਟ ਦੇ ਨਾਲ ਹਰ ਜਗ੍ਹਾ ਹਰ ਦਿਨ ਫੋਟੋ ਪਾ ਦਿੰਦਾ ਮੈਂ ਨਾ ਇਹ ਸਾਰੇ ਇੱਕ ਹੀ ਦਿਨ ਖਿੱਚੀਆਂ ਹੋਰ ਨਹੀਂ ਚੱਕਰ ਕੋਈ
ਕਾਫੀ ਚਿਰ ਘੁੰਮਣ ਤੋਂ ਬਾਅਦ ਹੁਣ ਆਪਣਾ ਐਂਡਲਾ ਟੂਰ ਵੱਜਿਆ ਬੀਚ ਦਾ ਉਹਦਾ ਚਾਬੀ ਡਿੱਗ ਪਈ ਗੁਰੂ ਇੱਧਰ ਦਾ ਮੈਂ ਹੁਣ ਜਾਂਦੇ ਜਾਂਦੇ ਛੁੱਟੀ ਵਾਲੇ ਦਿਨ ਫਿਰ ਇਸ਼ਨਾਨ ਕਰ ਹੀ ਜਾਈਏ ਬੀਚ ਵਾਲਾ ਅਤੇ ਇੱਧਰ ਦਾ ਪਾਣੀ ਥੋੜ੍ਹਾ ਜਿਹਾ ਸ਼ਾਂਤ ਹੁੰਦਾ ਜਿਹੜਾ ਆਪਾਂ ਲੱਗੇ ਲਸਟ ਰਿਸ਼ੀਤਾ ਦਾ ਸੰਤਾ ਗੁਰੂ ਵਾਲਾ ਚਲੋ ਚੱਕ ਕੇ ਰੱਖੀਏ ਕੰਮ ਬਸ ਹੈਗਾ ਆਪਣੇ ਕੋਲ ਫੁੱਟਬਾਲ ਅਤੇ ਜਗ੍ਹਾ ਬਹੁਤ ਖਾਲੀ ਹੈ ਨਹਾ ਧੋ ਕੇ ਦੋ ਚਾਰ ਚੁੱਭੀਆਂ ਮਾਰ ਕੇ ਘੜੀ ਖੇਡ ਕੇ ਅਤੇ ਮੁੜ ਕੇ ਭੁੱਖ ਬਹੁਤ ਲੱਗੀ ਹੈ ਅਤੇ ਮੁੰਡੇ ਕਹਿੰਦੇ ਕੋਈ ਖਾਣਾ ਅਤੇ ਫਿਰ ਕੋਈ ਖਾਣ ਚੱਲਾਂਗੇ ਕਿੱਦਾਂ ਹੁਣ ਫਿਨਿਸ਼ ਹੋ ਗਿਆ ਫਿਨਿਸ਼ ਇਹਨੇ ਪੂਰਾ ਨਹੀਂ ਹੋਇਆ ਹਾਲੇ ਖਾਣਾ ਪੀਣਾ ਰਹਿੰਦਾ ਪਰ ਜਿਸ ਤਰ੍ਹਾਂ ਅੱਜ ਤੱਕ ਘੁੰਮੀ ਫਿਰੀ ਦਾ ਇੱਥੇ ਕੀ ਸਮਾਪਤੀ ਹੈ ਅਤੇ ਆਹ ਬੀਚ ਰਹਿ ਗਈ ਇੱਧਰ ਸਾਰੀ ਜਨਤਾ ਚਲ ਗਈ ਘਰੋਂ ਘਰੀ ਆਪਾਂ ਵੀ ਆਹ ਫੁੱਟਬਾਲ ਕੋਲੇ ਹੀ ਚਿੜੀ ਛਾ ਕੋਲੇ ਵਾਧੂ ਖੇਡਿਆ ਵਾਧੂ ਚੁੱਭੀਆਂ ਚੱਬੀਆਂ ਮਾਰੀਆਂ ਹਫ਼ਤੇ ਦੀ ਦੁਕਾਨ ਲੱਥ ਜਾਂਦੀ ਇੱਕ ਦਿਨ ਇੱਦਾਂ ਮਿਲ ਜਾਏ ਨਾ ਅਤੇ ਹੁਣ ਦੇਖਦੇ ਇੱਧਰ ਕੋਈ ਜਗ੍ਹਾ ਲੱਭਦੇ ਖਾਣ ਨੂੰ ਤਾਂ ਫਿਰ ਉੱਧਰ ਖਾਂਦੇ ਪੀਂਦੇ ਹਾਂਜੀ ਹੁਣ ਐਂਡ ਤੇ ਆਪਾਂ ਹੁਣ ਆਏ ਇੱਥੇ ਖਾਣ ਪੀਣ ਅਤੇ ਇੱਥੇ ਆਪਣੇ ਪਾਕਿਸਤਾਨੀ ਵੀਰ ਦੀ ਦੁਕਾਨ ਹੈ ਇੱਥੇ ਸੰਤਾ ਗੁਰੂ ਚਲੋ ਜਦੋਂ ਆਉਂਦੇ ਉਦੋਂ ਦੇਖਦੇ ਹਾਂ ਅਤੇ ਉਸ ਤੋਂ ਬਾਅਦ ਮੁੜ ਕੇ ਆਪਾਂ ਵਲੋਗ ਦੀ ਸਮਾਪਤੀ ਕਰਦੇ ਹਾਂ ਵਧੀਆ ਤਰੀਕੇ ਦੇ ਨਾਲ ਵਧੀਆ ਤਰੀਕਾ ਕਿ ਫਿਰ ਤੁਹਾਨੂੰ ਦੱਸਿਓ ਕਿੱਦਾਂ ਲੱਗਿਆ ਹੈ ਸਾਰਾ ਬਸ ਅਤੇ ਆ ਗਿਆ ਖਾਣਾ ਆਪਣਾ ਦੂਰਮ ਚਿਕਨ ਹੋਇਆ ਪਿਆ ਅਤੇ ਬਾਹਰ ਇਹਨੂੰ ਕਰੀਏ ਇੰਜੋਏ ਹੁਣ